ਸਾਡੀ ਜ਼ਿੰਦਗੀ ਦੇ ਵਿੱਚ ਫਾਸਟ ਫੂਡ ਨੇ ਇੱਕ ਖਾਸ ਜਗ੍ਹਾ ਬਣਾ ਲਈ ਹੈ ਅਤੇ ਅਗਰ ਉਹੀ ਫਾਸਟ ਫੂਡ ਚੰਗਾ ਹੋਵੇ, ਅੱਛੀ ਕੁਆਲਿਟੀ ਦਾ ਹੋਵੇ ਐਂਡ ਰੀਜ਼ਨੇਬਲ ਪ੍ਰਾਈਸ 'ਤੇ ਹੋਵੇ ਤਾਂ ਫਿਰ ਹੋਰ ਕਿੰਨਾ ਵਧੀਆ ਹੋ ਜਾਂਦਾ ਹੈ। ਬਿਲਕੁਲ ਜੀ, ਅਤੇ ਜਦੋਂ ਮੈਂ ਇੱਥੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਪੀਜ਼ਾ ਕੰਟਰੀ ਦਾ ਨਾਮ ਜਿਹੜਾ ਆ ਉਹ ਸਭ ਤੋਂ ਉੱਪਰ ਨਜ਼ਰ ਆਇਆ ਅਤੇ ਇਹਨਾਂ ਦੀ ਬੈਸਟ ਕੁਆਲਿਟੀ ਰੀਜ਼ਨੇਬਲ ਪ੍ਰਾਈਜ਼ ਦੇ ਲਈ ਇਹਨਾਂ ਨੂੰ ਜਾਣਿਆ ਜਾਂਦਾ ਆ। ਬਾਕੀ ਆਪਾਂ ਚੱਲਦੇ ਹਾਂ ਅੰਦਰ, ਔਰ ਹਾਂ ਐਡਰੈਸ ਤੁਹਾਨੂੰ ਮੈਂ ਨੋਟ ਕਰਾਉਣਾ ਭੁੱਲ ਗਈ, ਸੋ ਐਡਰੈਸ ਨੋਟ ਕਰ ਲਓ ਜੀ, ਮਾਲ ਰੋਡ ਸ਼ਿਮਲਾ ਪਹਾੜੀ ਚੌਂਕ ਹੁਸ਼ਿਆਰਪੁਰ। ਅਤੇ ਚੱਲਦੇ ਹਾਂ ਅੰਦਰ, ਦੇਖਦੇ ਹਾਂ ਫਿਰ। ਜੀ, ਅਗਰ ਪੀਜ਼ਾ ਕੰਟਰੀ ਦੀ ਗੱਲ ਕਰੀਏ ਤਾਂ ਇਹਨਾਂ ਦਾ ਬੇਸ ਜਿਹੜਾ ਆ ਖੁਦ ਰੈਡੀ ਕੀਤਾ ਜਾ ਰਿਹਾ ਹੈ, ਲਾਈਵ ਕਿਚਨ ਦਿੱਤੀ ਜਾ ਰਹੀ ਹੈ ਜਿਹੜੀ ਕਿ ਪ੍ਰੋਪਰ ਹਾਈਜੀਨਿਕ ਹੈ ਐਂਡ ਪ੍ਰੋਫੈਸ਼ਨਲ ਸ਼ੈਫ ਦਿੱਤੇ ਗਏ। ਜੀ, ਪੀਜ਼ਾ ਕੰਟਰੀ ਦੀ ਗੱਲ ਕਰੀਏ ਤਾਂ ਇੱਥੇ ਦਾ ਇਨਵਾਇਰਮੈਂਟ ਜਿਹੜਾ ਆ ਉਹ ਬਹੁਤ ਹੀ ਵਧੀਆ ਦਿੱਤਾ ਗਿਆ ਹੋਇਆ ਆ, ਹਲਕਾ ਜਿਹਾ ਮਿਊਜ਼ਿਕ ਚੱਲਦਾ ਰਹਿੰਦਾ ਹੈ ਜਿਸ 'ਤੇ ਖਾਣੇ ਦੇ ਨਾਲ ਨਾਲ ਤੁਸੀਂ ਮਿਊਜ਼ਿਕ ਇੰਜੋਏ ਕਰ ਸਕਦੇ ਹੋ। ਔਰ ਅਗਰ ਮੈਨਿਊ ਦੀ ਗੱਲ ਕਰਾਂ ਤਾਂ ਪੀਜ਼ਾ ਹੀ ਨਹੀਂ ਬਲਕਿ ਹੋਰ ਵੀ ਬਹੁਤ ਤਰ੍ਹਾਂ ਦੇ ਸਨੈਕਸ ਜਿਹੜੇ ਨੇ ਉਹ ਤੁਹਾਨੂੰ ਇੱਥੇ ਮਿਲਣਗੇ, ਜਿੱਦਾਂ ਕਿ ਬਰਗਰ, ਸੈਂਡਵਿਚ, ਪਾਸਤਾ ਔਰ ਇੱਦਾਂ ਦੇ ਹੋਰ ਬਹੁਤ ਸਾਰੀਆਂ ਚੀਜ਼ਾਂ। ਔਰ ਨਾਲ ਹੀ ਨਾਲ ਤੁਹਾਨੂੰ ਦੱਸਦਾ ਕਿ ਜਿਹੜੇ ਇਹਨਾਂ ਦੇ ਰੇਟਸ ਨੇ ਉਹ ਇੰਨੇ ਕੁ ਜ਼ਿਆਦਾ ਰੀਜ਼ਨੇਬਲ ਨੇ ਕਿ ਤੁਸੀਂ ਬਹੁਤ ਈਜ਼ੀ ਅਫੋਰਡ ਕਰ ਸਕਦੇ ਹੋ। ਜੀ, ਬਹੁਤ ਹੀ ਘੱਟ ਇੱਦਾਂ ਦੇ ਪੀਜ਼ਾ ਹੱਟ ਹੁੰਦੇ ਨੇ ਜਿੱਥੇ ਕਿ ਤੁਹਾਨੂੰ ਲਾਈਵ ਕਿਚਨ ਦੇਖਣ ਦਾ ਮੌਕਾ ਮਿਲਦਾ ਹੈ। ਸੋ ਪੀਜ਼ਾ ਕੰਟਰੀ ਦੇ ਵਿੱਚ ਇਹ ਮੌਕਾ ਤੁਹਾਨੂੰ ਮਿਲ ਰਿਹਾ ਲਾਈਵ ਕਿਚਨ ਦੇਖਣ ਦਾ, ਜਿਹੜਾ ਕਿ ਪ੍ਰੋਪਰ ਹਾਈਜੀਨਿਕ ਹੈ ਔਰ ਤੁਹਾਨੂੰ ਦੱਸਦਾ ਕਿ ਬੇਸ ਜਿਹੜਾ ਪੀਜ਼ਾ ਦਾ ਉਹ ਇੱਥੇ ਹੀ ਰੈਡੀ ਕੀਤਾ ਜਾਂਦਾ। ਜੀ, ਤੁਸੀਂ ਦੇਖ ਸਕਦੇ ਹੋ ਕਿ ਮੇਰੇ ਟੇਬਲ 'ਤੇ ਬਹੁਤ ਹੀ ਡਿਲੀਸ਼ੀਅਸ ਖਾਣਾ ਆ ਚੁੱਕਿਆ ਹੈ, ਤੋ ਪੀਜ਼ਾ ਕੰਟਰੀ। ਸੋ ਉਸਦੇ ਨਾਮ ਤੋਂ ਹੀ ਪਹਿਲਾਂ ਆਪਾਂ ਪੀਜ਼ਾ ਟਰਾਈ ਕਰਾਂਗੇ, ਦੇਖਦੇ ਹਾਂ ਕਿ ਕਿੱਦਾਂ ਦਾ ਟੇਸਟ ਹੈ। ਤੁਸੀਂ ਜੱਜ ਵੀ ਨਹੀਂ ਕਰ ਸਕਦੇ ਕਿ ਮੈਨੂੰ ਕਿੰਨਾ ਟੇਸਟੀ ਲੱਗ ਰਿਹਾ ਆ। ਔਰ ਅਗਰ ਮੈਂ ਟੇਸਟ ਦੀ ਗੱਲ ਕਰਾਂ ਤਾਂ ਬਿਲਕੁਲ ਡਿਫਰੈਂਟ ਟੇਸਟ ਹੈ ਬਾਕੀ ਪੀਜ਼ਾਸ ਨਾਲੋਂ, ਬਹੁਤ ਜ਼ਿਆਦਾ ਡਿਫਰੈਂਟ। ਐਂਡ ਅਗਰ ਫਰੈਸ਼ਨੈਸ ਦੀ ਗੱਲ ਕਰਾਂ ਤਾਂ ਬਹੁਤ ਹੀ ਜ਼ਿਆਦਾ ਫਰੈਸ਼ ਫੀਲ ਕਰ ਰਹੀ ਹਾਂ ਅਗਰ ਇਸਨੂੰ ਤੁਸੀਂ ਖਾਂਦੇ ਹੋ ਤਾਂ। ਔਰ ਅਗਰ ਟੈਪਿੰਗ ਦੀ ਗੱਲ ਕਰਾਂ ਤਾਂ ਕੈਪਸੀਕਮ, ਪਨੀਰ ਐਂਡ ਕੋਰਨਸ ਦੀ ਇਹਦੇ ਉੱਤੇ ਟੈਪਿੰਗ ਕੀਤੀ ਗਈ ਹੈ। ਔਰ ਬੇਸ ਤਾਂ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਬੇਸ ਜਿਹੜਾ ਹੈ ਉਹ ਇੱਥੇ ਰੈਡੀ ਹੁੰਦਾ ਹੈ। ਜੀ, ਇਹ ਹੈ ਕ੍ਰੀਮੀ ਪਾਸਤਾ ਜਿਹਦੇ ਵਿੱਚ ਰੈੱਡ ਐਂਡ ਵਾਈਟ ਸੌਸ ਯੂਜ਼ ਕੀਤੀ ਗਈ ਹੈ, ਮਸ਼ਰੂਮ ਔਰ ਅਨੀਅਨ ਯੂਜ਼ ਕੀਤਾ ਗਿਆ ਆ ਔਰ ਓਲਿਵ ਓਇਲ ਦੇ ਵਿੱਚ ਬਣਿਆ ਹੋਇਆ, ਜਿਹੜਾ ਕਿ ਤੁਹਾਡੀ ਸਿਹਤ ਵਾਸਤੇ ਬਿਲਕੁਲ ਹੈਲਦੀ ਹੈ। ਔਰ ਅਗਰ ਮੈਂ ਤੁਹਾਨੂੰ ਦੱਸਦਾ ਕਿ ਹੋਮ ਡਿਲੀਵਰੀ ਵੀ ਕਰ ਰਹੇ ਨੇ। ਜੇ ਅਗਰ ਤੁਸੀਂ ਵੀ ਟੇਸਟੀ ਦਾ ਪੀਜ਼ਾ ਔਡਰ ਕਰਨਾ ਚਾਹੁੰਦੇ ਹੋ ਤਾਂ ਨੀਚੇ ਲਿਖੇ ਨੰਬਰਾਂ ਦੇ ਉੱਤੇ ਕੋਂਟੈਕਟ ਕਰ ਸਕਦੇ ਹੋ ਐਂਡ ਆਪਣੇ ਘਰ ਵਾਸਤੇ ਔਡਰ ਕਰ ਸਕਦੇ ਹੋ ਪੀਜ਼ਾ ਕੰਟਰੀ ਤੋਂ ਡਿਲੀਸ਼ੀਅਸ ਪੀਜ਼ਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਸਰ ਤੁਹਾਡਾ? ਨਾਮ ਜੀ ਜਸਵੀਰ ਸਿੰਘ। ਅਤੇ ਸਰ ਪਹਿਲਾਂ ਤਾਂ ਦੱਸੋ ਕੀ ਟੇਸਟ ਕਰ ਰਹੇ ਹੋ ਅੱਜ? ਮੈਮ ਐਕਚੁਲੀ ਇਹਨਾਂ ਦਾ ਪੀਜ਼ਾ ਬਹੁਤ ਵਧੀਆ ਆ, ਉਹਨਾਂ ਜਿਹੜਾ ਬਹੁਤ ਹੈਲਦੀ ਆ ਕਹਿ ਲਓ ਤੁਸੀਂ, ਬੜੀਆਂ ਵੈਜੀਟੇਬਲਸ ਵੀ ਪਾਉਂਦੇ ਆ, ਸੀਜ਼ਨਲ ਵੈਜੀਟੇਬਲ ਆ, ਬਹੁਤ ਵਧੀਆ ਆ ਪੀਜ਼ਾ, ਜ਼ਿਆਦਾ ਮੈਂ ਲਾਈਕ ਕਰਦਾ ਇਹਨਾਂ ਦਾ। ਅਤੇ ਉਸ ਤੋਂ ਬਾਅਦ ਸ਼ੇਕ ਵਗੈਰਾ ਵੀ ਇਹਨਾਂ ਦੇ ਬਹੁਤ ਵਧੀਆ ਹੁੰਦੇ। ਹਾਂਜੀ, ਜੇ ਆਪਾਂ ਸਰਵਿਸ ਦੀ ਗੱਲ ਕਰੀਏ ਤਾਂ ਤੁਹਾਨੂੰ ਇੱਥੇ ਦੀ ਸਰਵਿਸ ਕਿੱਦਾਂ ਦੀ ਲੱਗਦੀ ਆ? ਸਰਵਿਸ ਮੈਮ ਟੂ ਗੁੱਡ ਆ। ਹਾਂਜੀ, ਅਤੇ ਬਹੁਤ ਹੀ ਵਧੀਆ ਕਹਿ ਸਕਦੇ ਹਾਂ, ਨੀਟ ਐਂਡ ਕਲੀਨ ਆ। ਅਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ? ਮੈਂ ਤਾਂ ਐਕਚੁਲੀ ਡੇ 1 ਤੋਂ ਹੀ ਇੱਥੇ ਆਉਣਾ ਆ, ਕਿਉਂਕਿ ਇੱਕ ਤਾਂ ਔਨ ਰੋਡ ਆ, ਲੋਕੇਸ਼ਨ ਬਹੁਤ ਵਧੀਆ ਆ, ਸੋ ਬਹੁਤ ਵਧੀਆ ਆ ਸਾਰਾ ਕੁਛ। ਅਤੇ ਜਿੱਦਾਂ ਪੀਜ਼ਾਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਫੂਡ ਦੇ ਵਿੱਚ ਡੀਲ ਕਰ ਰਹੇ ਨੇ, ਅਤੇ ਤੁਹਾਨੂੰ ਸਭ ਤੋਂ ਜ਼ਿਆਦਾ ਟੇਸਟੀ ਇੱਥੇ ਦਾ ਕੀ ਲੱਗਦਾ? ਮੈਮ ਮੈਨੂੰ ਪੀਜ਼ਾ ਦੇ ਨਾਲ ਇਹਨਾਂ ਦਾ ਇੱਕ ਬਰਗਰ ਆ ਜੀ, ਬਰਗਰ ਬਹੁਤ ਵਧੀਆ ਬਣਾਉਂਦੇ ਆ, ਉਸ ਤੋਂ ਬਾਅਦ ਕ੍ਰੀਮੀ ਪਾਸਤਾ ਆ, ਅਤੇ ਜਿਹੜਾ ਹੈਲਦੀ ਫੂਡ ਸਭ ਤੋਂ ਵਧੀਆ ਹੈਲਦੀ ਫੂਡ ਇਹ ਬਣਾਉਂਦੇ ਆ ਜੀ, ਸੈਲਡ ਆ ਇਹਨਾਂ ਦਾ, ਗ੍ਰੀਨ ਸੈਲਡ, ਉਹ ਬਹੁਤ ਹੀ ਵਧੀਆ ਆ। ਉਹ ਅਗਰ ਤੁਸੀਂ ਜਿਮ ਕਰ ਰਹੇ ਹੋ ਅਤੇ ਆਫਟਰ ਜਿਮ ਤੁਸੀਂ ਲੈ ਸਕਦੇ ਹੋ, ਬਹੁਤ ਵਧੀਆ ਆ, ਕੋਈ ਹਾਰਮਫੁਲ ਨਹੀਂ ਹੈਗਾ ਬੋਡੀ ਲਈ, ਬਹੁਤ ਹੀ ਵਧੀਆ ਕਹਿ ਸਕਦੇ ਹਾਂ ਕਿ ਤੁਸੀਂ ਕਹਿ ਲਓ ਹੈਲਦੀ ਫੂਡ ਹੈ। ਹਾਂਜੀ, ਮੇਰੇ ਨਾਲ ਇੱਕ ਹੋਰ ਕਸਟਮਰ ਜੁੜ ਚੁੱਕੇ ਨੇ, ਆਓ ਕਰਦੇ ਆ ਗੱਲਬਾਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਸਰ ਤੁਹਾਡਾ? ਅਤੁਲ ਸ਼ਰਮਾ। ਸਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ? ਤੁਹਾਨੂੰ 2 ਸਾਲ ਹੋ ਗਏ ਆਉਂਦੇ ਨੂੰ। ਅਤੇ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਇੱਥੇ ਦੀ ਕੁਆਲਿਟੀ ਐਂਡ ਸਰਵਿਸਿਸ, ਕਿੱਦਾਂ ਦੀਆਂ ਲੱਗਦੀਆਂ ਨੇ? ਬੈਟਰ ਬਹੁਤ ਅੱਛੀ ਹੈ, ਅਸੀਂ ਵੀਕ 'ਚ ਘੱਟੋ ਘੱਟ 2-3 ਵਾਰੀ ਆਈਦਾ ਇੱਥੇ ਡੇਲੀ, ਅਤੇ ਪੀਜ਼ਾ ਹੋ ਗਿਆ, ਕਿਲਰ ਸੈਂਡਵਿਚ ਹੋ ਗਿਆ, ਬਾਕੀ ਜੋ ਉਹਨਾਂ ਦੀ ਕੋਈ ਆਫਰ ਹੁੰਦੇ ਉਹ ਲਈਦੇ ਆ ਕੇ ਅਸੀਂ।
ਹਾਂ ਜੀ ਬੈਟਰ ਹੈ ਅੱਛਾ ਆ ਤੇ ਅਗਰ ਆਪਾਂ ਮਾਰਕਸ ਦੇਣੇ ਹੋਵੋ 10 ਦੇ ਵਿੱਚੋਂ ਤਾਂ ਕਿੰਨੇ ਮਾਰਕਸ ਤੁਸੀਂ ਦਿਓ 100 ਹੀ ਹੈ ਜੀ 100 ਹੀ ਹੈ ਹਾਂ ਜੀ 100 ਹੀ ਹੈ ਥੈਂਕ ਯੂ ਸੋ ਮਚ ਸਰ ਜੀ ਮੇਰੇ ਨਾਲ ਜੁੜ ਚੁੱਕੇ ਆ ਮੈਨੇਜਮੈਂਟ ਟੀਮ ਤੇ ਆਓ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਰ ਦੀਪਕ ਸਿੱਧੂ ਜੀ ਇਹਨਾਂ ਦਾ ਨਾਮ ਹੈ ਐਂਡ ਇਧਰ ਮਿਸਟਰ ਮਨੀ ਜੀ ਸੋ ਸਰ ਮੇਰਾ ਪਹਿਲਾ ਕੁਐਸਚਨ ਇਹ ਹੈ ਕਿ ਪੀਜ਼ਾ ਕੰਟਰੀ ਦਾ ਜਿਹੜਾ ਕਨਸੈਪਟ ਹੈ ਉਹ ਕਿੱਦਾਂ ਸਟਾਰਟ ਹੋਇਆ ਮੈਮ ਦਸੰਬਰ ਦੇ ਲਾਸਟ ਵਿੱਚ 2017 ਦੇ ਵਿੱਚ ਅਸੀਂ ਸ਼ੁਰੂ ਕੀਤਾ ਅਤੇ ਕਾਫੀ ਵਧੀਆ ਰਿਸਪੋਂਸ ਆ ਰਿਹਾ ਸਾਨੂੰ ਹਾਂਜੀ ਜੇ ਆਪਾਂ ਫੂਡ ਦੀ ਗੱਲ ਕਰੀਏ ਪੀਜ਼ਾ ਤੋਂ ਇਲਾਵਾ ਅਤੇ ਹੋਰ ਕਿਹੜੇ ਕਿਹੜੇ ਫੂਡ ਦੇ ਵਿੱਚ ਤੁਸੀਂ ਡੀਲ ਕਰ ਰਹੇ ਹੋ ਪੀਜ਼ਾ ਤੋਂ ਇਲਾਵਾ ਸਾਡੇ ਕੋਲ ਸੈਲਡ ਹੁੰਦੇ ਨੇ ਰੈਪ ਹੁੰਦੇ ਨੇ ਬਰਗਰ ਹੁੰਦੇ ਨੇ ਸੈਂਡਵਿਚਿਸ ਹੁੰਦੇ ਨੇ ਅਤੇ ਹੋਰ ਵੀ ਬਹੁਤ ਕੁਛ ਐਟਮਾਂ ਹੈਗੀਆਂ ਜੋ ਨਵੀਆਂ ਲਾਂਚ ਵੀ ਹੋਣ ਵਾਲੀਆਂ ਅਤੇ ਲਾਂਚ ਕੀਤੀਆਂ ਵੀ ਹੋਈਆਂ ਅਤੇ ਜਦੋਂ ਅਸੀਂ ਇੱਥੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਇਹ ਨਾਮ ਜਿਹੜਾ ਸਭ ਤੋਂ ਉੱਪਰ ਆਇਆ ਅਤੇ ਇੱਦਾਂ ਦਾ ਕੀ ਖਾਸ ਹੈ ਜਿਹੜਾ ਤੁਸੀਂ ਲੋਕਾਂ ਦੇ ਮਨ ਵਿੱਚ ਇੰਨੀ ਜਗ੍ਹਾ ਬਣਾਈ ਹੋਈ ਹੈ ਐਕਚੁਲੀ ਅਸੀਂ ਕੁਆਲਿਟੀ ਦੇ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕਰੀਦਾ ਅਤੇ ਮੇਨਟੇਨ ਰੱਖੀ ਦੀ ਕੁਆਲਿਟੀ ਮੇਨਟੇਨ ਰਹਿ ਕੇ ਹੀ ਚੱਲੀਦਾ ਆਪਾਂ ਹਾਂਜੀ ਮੈਮ ਅਤੇ ਅਗਰ ਆਫਰਸ ਦੀ ਆਪਾਂ ਗੱਲ ਕਰਦੇ ਹਾਂ ਕਿ ਟਾਈਮ ਟੂ ਟਾਈਮ ਕਿਹੜੇ ਆਫਰਸ ਤੁਸੀਂ ਦੇ ਰਹੇ ਹੋ ਕਸਟਮਰਸ ਨੂੰ ਐਕਚੁਲੀ ਫਰਾਈਡੇ ਸਾਡਾ 1 ਗੈਟ 1 ਹੁੰਦਾ ਜੀ ਅਤੇ ਕਾਫੀ ਹੋਰ ਆ ਰਹੇ ਆਫਰ ਸਮਰ ਦੇ ਵਿੱਚ ਸਾਡਾ 10% ਆ ਰਿਹਾ ਸਟੂਡੈਂਟ ਵਾਸਤੇ ਆਫਰ ਕਾਫੀ ਆ ਰਹੇ ਅੱਗੇ ਸਟੂਡੈਂਟਸ ਅਤੇ ਸਰ ਜਾਂਦੇ ਜਾਂਦੇ ਇੱਕ ਲਾਸਟ ਸਵਾਲ ਕਿ ਅਗਰ ਕਿਸੇ ਨੇ ਆਪਣੇ ਘਰ ਪੀਜ਼ਾ ਡਿਲੀਵਰ ਕਰਾਉਣਾ ਹੋਵੇ ਤਾਂ ਉਹਦੇ ਲਈ ਕੋਈ ਫੈਸਿਲਿਟੀ ਦੇ ਰਹੇ ਹੋ ਹਾਂਜੀ ਹਾਂਜੀ ਮੈਮ ਹਮ ਮਿਨੀਮਮ 100 ਤੋਂ ਆਰਡਰ ਡਿਲੀਵਰ ਕਰ ਦਿੰਦੇ ਹੈਗੇ ਹਾਂ ਅਤੇ ਉਹਨਾਂ ਨੂੰ ਹੋਰ ਤੇ ਫਰੈਸ਼ ਪੀਜ਼ਾ ਘਰ ਦੇ ਵਿੱਚ ਹੀ ਮਿਲ ਜਾਂਦਾ ਅਤੇ ਉਹ ਘਰ ਦੇ ਵਿੱਚ ਹੀ ਬੈਠ ਕੇ ਖਾ ਸਕਦੇ ਹਾਂ ਥੈਂਕ ਯੂ ਸੋ ਮਚ ਸੋ ਇਹ ਤਾਂ ਸਫ਼ਰ ਸੀ ਜੀ ਸਾਡਾ ਹੁਸ਼ਿਆਰਪੁਰ ਦਾ ਔਰ ਅਗਰ ਤੁਹਾਨੂੰ ਵੀ ਸਾਡਾ ਸ਼ੋਅ ਪਸੰਦ ਆਇਆ ਹੈ ਔਰ ਅੱਜ ਦਾ ਸਫ਼ਰ ਸਪੈਸ਼ਲੀ ਪਸੰਦ ਆਇਆ ਤਾਂ ਸਾਨੂੰ ਫੀਡਬੈਕ ਦੇ ਵਿੱਚ ਜ਼ਰੂਰ ਲਿਖੋ ਅਤੇ ਤਦ ਤੱਕ ਲਈ ਦਿਓ ਮੈਨੂੰ ਇਜਾਜ਼ਤ ਅਗਲੇ ਹਫ਼ਤੇ ਫਿਰ ਮਿਲਦੇ ਹਾਂ ਸਤਿ ਸ਼੍ਰੀ ਅਕਾਲ